ਫਾਜ਼ਿਲਕਾ ਦੇ ਐਸਐਸਪੀ ਦਫ਼ਤਰ ਪਹੁੰਚੇ ਪਾਸਟਰਾਂ ਵੱਲੋਂ ਅਸਮਾਜਿਕ ਤੱਤਵਾਂ ਦੇ ਖਿਲਾਫ ਐਸਐਸਪੀ ਨੂੰ ਸੌਪਿਆ ਗਿਆ ਮੰਗ ਪੱਤਰ ਕੀਤੀ ਗਈ ਕਾਰਵਾਈ ਦੀ ਮੰਗ ਈਸਾਈ ਧਰਮ ਦੇ ਪਾਸਟਰਾਂ ਨੂੰ ਮਿਲ ਰਹੀਆਂ ਧਮਕੀਆਂ ਅਤੇ ਧਰਮ ਦੀ ਹੋ ਰਹੀ ਬੇਅਦਬੀ ਦੇ ਖਿਲਾਫ ਅੱਜ ਪਾਸਟਰਾਂ ਵੱਲੋਂ ਫਾਜ਼ਿਲਕਾ ਦੇ ਐਸਐਸਪੀ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਨੂੰ ਇੱਕ ਮੰਗ ਪੱਤਰ ਵੀ ਸੌਪਿਆ ਗਿਆ ਜਾਣਕਾਰੀ ਦਿੰਦੇ ਹੋਏ ਪਾਸਟਰਾਂ ਦੇ ਆਗੂ ਨੇ ਦੱਸਿਆ ਕਿ ਉਹਨਾਂ ਵੱਲੋਂ ਅੱਜ ਇੱਕ ਮੰਗ ਪੱਤਰ ਫਾਜ਼ਿਲਕਾ ਦੇ ਐਸਐਸਪੀ ਨੂੰ ਸੌਪਿਆ ਗਿਆ ਜਿਸ ਦੇ ਵਿੱਚ ਪਾਸਟਰਾਂ ਨਾਲ ਕੀਤੀ ਜਾ ਰਹੀ ਬਦਸਲੂਕੀ ਅਤੇ ਅਸਮਾਜਿਕ ਤੱਤਵਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਪਿਛਲੇ ਦਿਨਾਂ ਉਹਨਾਂ ਦੇ ਹੀ ਇੱਕ ਪਾਸਟਰ ਨੂੰ ਅਸਮਾਜਿਕ ਤੱਤਵਾਂ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਜਿਸ ਦੇ ਰੋਸ ਸਰੂਪ ਅੱਜ ਉਹਨਾਂ ਵੱਲੋਂ ਐਸਐਸਪੀ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਅਤੇ ਮੰਗ ਪੱਤਰ ਸੌਂਪਿਆ ਗਿਆ। ਉਹਨਾਂ ਨੇ ਕਿਹਾ ਕਿ ਜਲਦ ਤੋਂ ਜਲਦ ਇਹਨਾਂ ਅਸਮਾਜਿਕ ਤੱਤਵਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਕਿ ਪੂਰੇ ਵਿਸ਼ਵ ਦੇ ਵਿੱਚ ਸ਼ਾਂਤੀ ਫੈਲ ਸਕੇ। ਜੀ ਸਰ, ਕੀ ਨਾਮ ਹੈ ਆਪਣਾ ਜੀ? ਮੇਰਾ ਨਾਮ ਪਾਸਟਰ ਰਣਜੀਤ ਸੰਧੂ ਹੈ ਜੀ, ਔਰ ਮੈਂ ਨਾਦੂਕਾ ਦੇ ਵਿੱਚ ਜਰਚ ਲਗਾ ਰਿਹਾ ਹਾਂ। ਕਿਹੜੇ ਵਿਸ਼ੇ ਨੂੰ ਲੈ ਕੇ ਆਏ ਤੁਸੀਂ ਐਸਐਸਪੀ ਦਫ਼ਤਰ ਆਏ ਹੋ? ਸਾਡਾ ਵਿਸ਼ਾ ਇਹ ਹੈ ਜੀ, ਅਸੀਂ ਸ਼ੁਰੂ ਤੋਂ ਹੀ ਸਭ ਲੋਕ ਜਾਣਦੇ ਹਾਂ ਜੀ, ਸਾਰਾ ਸੰਸਾਰ ਜਾਣਦਾ ਹੈ ਕਿ ਯਿਸ਼ੂ ਮਸੀਹ ਅਤੇ ਯਿਸ਼ੂ ਮਸੀਹ ਦੇ ਚੇਲੇ ਸ਼ਾਂਤੀ ਦੇ ਸੰਦੇਸ਼ ਨੂੰ ਦਿੰਦੇ ਆਏ ਆ, ਪਰ ਅੱਜ ਅਸੀਂ ਉਸਦੇ ਦੱਸੇ ਹੋਏ ਰਸਤੇ ਦੇ ਉੱਪਰ ਹੀ ਚੱਲ ਰਹੇ ਹਾਂ ਔਰ ਲੋਕਾਂ ਨੂੰ ਸ਼ਾਂਤੀ ਦਾ ਸੰਦੇਸ਼ ਹੀ ਦੇ ਰਹੇ। ਪਰ ਕੁਝ ਸ਼ਰਾਰਤੀ ਅੰਸਰ ਜੋ ਇਸ ਸੰਸਾਰ ਦੇ ਵਿੱਚ ਨੇ, ਜਿਹੜੇ ਨਹੀਂ ਚਾਹੁੰਦੇ ਕਿ ਦੁਨੀਆ ਦੇ ਉੱਪਰ ਸ਼ਾਂਤੀ ਫੈਲੇ, ਇਸ ਪੰਜਾਬ ਦੇ ਵਿੱਚ ਸ਼ਾਂਤੀ ਕਾਇਮ ਰਹੇ, ਉਹ ਸਾਡੀਆਂ ਭਾਵਨਾਵਾਂ ਨੂੰ ਖੇਸ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ। ਜੋ ਸਾਡੇ ਮੇਨ ਸੰਤ ਹੈਗੇ ਆ, ਜੋ ਸਾਡੀਆਂ ਚਰਚਾਂ ਦੇ ਓਨਰ ਆ, ਜੋ RMS ਦੇ ਰਾਸ਼ਟਰੀ ਮਸੀਹ ਸੰਘ ਦੇ ਜੋ ਫਾਊਂਡਰ ਹੈਗੇ ਆ ਸੰਤ ਫੈਰਸ ਮਸੀਹ ਜੀ, ਉਹਨਾਂ ਦੇ ਨਾਲ ਕੁਝ ਸ਼ਰਾਰਤੀ ਅੰਸਰਾਂ ਨੇ ਵਧੀਕੀ ਕੀਤੀ ਆ, ਉਹਨਾਂ ਨੂੰ ਫੋਨ ਕਾਲ ਦੇ ਉੱਪਰ ਕੁਝ ਗਾਲੀ ਗਲੋਚ ਕਰ ਰਹੇ ਆ, ਉਹਨਾਂ ਦੇ ਨਾਮ ਨੂੰ ਬਦਨਾਮ ਕੀਤਾ ਜਾ ਰਿਹਾ ਹੈ, ਕਿਉਂਕਿ 3000 ਪਲੱਸ ਚਰਚਾਂ ਉਹਨਾਂ ਦੇ ਅੰਡਰ ਇਸ ਟਾਈਮ ਚੱਲ ਰਹੀਆਂ ਹੈ, ਔਰ ਜੇ ਉਹੀ ਪ੍ਰਚਾਰ ਕਰ ਰਹੇ ਆ ਜੋ ਪਵਿੱਤਰ ਗ੍ਰੰਥ ਬਾਈਬਲ ਦੱਸਦੀ, ਔਰ ਉਹ ਹਰੇਕ ਆਪਣੇ ਪ੍ਰਚਾਰ ਦੇ ਵਿੱਚ ਕਹਿੰਦੇ ਆ ਕਿ ਗਰੀਬਾਂ ਦੀ ਮਦਦ ਕਰੋ, ਨਾ ਕਿ ਜੋ ਲੋਕ ਇਹ ਬਲੇਮ ਕਰ ਰਹੇ ਆ ਕਿ ਉਹ ਲੋਕਾਂ ਨੂੰ ਲੁੱਟਦੇ ਆ ਜੀ, ਉਹ ਲੋਕਾਂ ਨੂੰ ਭਰਮਾਉਂਦੇ ਆ, ਇੱਦਾਂ ਦੀ ਕੋਈ ਗੱਲਬਾਤ ਨਹੀਂ ਹੈ। ਅਸੀਂ ਸਭ ਅੱਜ ਪਾਸਟਰ ਸਾਹਿਬਾਨ ਉਹਨਾਂ ਦੇ ਹੱਕ ਦੇ ਵਿੱਚ ਅੱਜ ਆਪਣੇ ਮੰਗ ਪੱਤਰ ਨੂੰ, ਅਸੀਂ SSP ਫਾਜ਼ਿਲਕਾ ਨੂੰ ਆਪਣਾ ਮੰਗ ਪੱਤਰ ਸੌਂਪਣ ਦੇ ਲਈ ਆਏ ਹਾਂ ਕਿ ਜਿਹੜੇ ਵੀ ਦੋਸ਼ੀ ਹੈਗੇ ਨੇ, ਜਿਹੜੇ ਬਿਨਾਂ ਕਿਸੇ ਕਾਰਨ ਦੇ ਸਾਡੇ ਸੰਤਾਂ ਦੇ ਉੱਪਰ ਔਰ ਸਾਡੇ ਮਸੀਹਾ ਦੇ ਉੱਪਰ ਦੋਸ਼ ਲਗਾ ਰਹੇ ਨੇ, ਉਹਨਾਂ ਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਏ ਅਤੇ ਸਾਨੂੰ ਇਨਸਾਫ ਦਿਵਾਏ। ਧੰਨਵਾਦ। ਕੀ ਦੋਸ਼ ਲਗਾਏ ਜਾ ਰਹੇ ਜੀ ਉਹਨਾਂ ਵੱਲੋਂ? ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜੋ ਸਾਡੇ ਸੰਤ ਫੈਰਸ ਮਸੀਹ ਜੀ ਆ, ਉਹ RMS ਨਾਂ ਦੇ ਇੱਕ ਫਾਊਂਡਰ ਨੇ ਇੱਕ ਮਿਨਿਸਟਰੀ ਦੇ, ਔਰ ਉੱਥੇ ਉਹ ਮਹਾਂਅਭਿਸ਼ੇਕ ਦੀ ਪ੍ਰਾਰਥਨਾ ਕਰਦੇ ਆ, ਜੋ ਪਰਮੇਸ਼ਵਰ ਦੇ ਵੱਲੋਂ ਉਹਨਾਂ ਨੂੰ ਇੱਕ ਅਭਿਸ਼ੇਕ ਦਿੱਤਾ ਗਿਆ ਆ, ਉਹ ਸਾਰੀਆਂ ਚਰਚਾਂ ਨੂੰ ਉਹ ਅਭਿਸ਼ੇਕ ਦੇ ਦੁਆਰਾ ਹੈਂਡਲ ਕਰਦੇ ਆ, ਚਲਾਉਂਦੇ ਆ, ਔਰ ਉਹਨਾਂ ਤੋਂ ਕਿਸੇ ਵੀ ਪੈਸੇ ਦੀ ਡਿਮਾਂਡ ਨਹੀਂ ਕੀਤੀ ਜਾਂਦੀ ਜੀ। ਘੱਟੋ ਘੱਟ 16,000 ਪਲੱਸ ਪਾਸਟਰ ਇਸ ਟਾਈਮ ਉਸ RMS ਮਿਨਿਸਟਰੀ ਦੇ ਨਾਲ ਅਟੈਚ ਆ, ਅਤੇ ਉਹਨਾਂ ਦੇ ਵਿੱਚੋਂ ਇੱਕ ਵੀ ਪਾਸਟਰ ਇੱਦਾਂ ਦਾ ਨਹੀਂ ਹੋਊਗਾ ਜਿਨ੍ਹਾਂ ਤੋਂ ਪੈਸੇ ਦੀ ਡਿਮਾਂਡ ਕੀਤੀ ਗਈ ਹੋਵੇ ਜਾਂ ਕਿਸੇ ਪਬਲਿਕ ਤੋਂ ਪੈਸੇ ਦੀ ਡਿਮਾਂਡ ਕੀਤੀ ਗਈ ਹੋਵੇ, ਬਲਕਿ ਉਲਟਾ ਉਹ ਹੈਲਪ ਕਰਦੇ ਜਿੰਨੀ ਵੀ ਹੁੰਦੀ ਆ ਗਰੀਬ ਲੋਕਾਂ ਦੀ, ਬਸ ਉਹ ਪ੍ਰਾਰਥਨਾ ਕਰਦੇ ਆ, ਉਹ ਦੱਸਦੇ ਆ ਲੋਕਾਂ ਨੂੰ ਸੱਚਾਈ ਦੇ ਰਸਤੇ ਨੂੰ ਕਿ ਇਹਨਾਂ ਠੱਗਾਂ ਤੋਂ ਬਚੋ ਜੋ ਭਰਮਾ ਰਿਹਾ ਤੁਹਾਨੂੰ ਕਈਆਂ ਤਰੀਕਿਆਂ ਦੇ ਨਾਲ। ਬਸ ਉਹੀ ਜਦੋਂ ਉਹਨਾਂ ਠੱਗਾਂ ਨੂੰ ਪਤਾ ਲੱਗਾ ਕਿ ਸਾਡੀਆਂ ਦੁਕਾਨਦਾਰੀਆਂ ਬੰਦ ਹੋ ਰਹੀਆਂ, ਤੋ ਅੱਜ ਸੰਤਾਂ ਦੇ ਖਿਲਾਫ ਆ, ਉਹ ਇੱਕ ਪਾਸੇ ਤਾਂ ਕਹਿ ਰਿਹਾ ਕਿ ਜਿਹੜੇ ਕ੍ਰਿਸਚਨ ਲੋਕ ਆ ਇਹ ਪੈਸੇ ਦੇ ਕੇ ਧਰਮ ਪਰਿਵਰਤਨ ਕਰਾਉਂਦੇ ਆ, ਔਰ ਦੂਜੇ ਪਾਸੇ ਉਹ ਕਹਿ ਰਹੇ ਨੇ ਕਿ ਇਹ ਲੋਕ ਲੁੱਟਦੇ ਆ ਲੋਕਾਂ ਨੂੰ, ਕਿਉਂਕਿ ਉਹ ਸ਼ਾਂਤੀ ਦਾ ਮਾਹੌਲ ਬਣਿਆ ਨਹੀਂ ਰਹਿਣ ਦੇਣਾ ਚਾਹੁੰਦੇ। ਉਹ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਜਿਹੜਾ ਆ ਉਹ ਕਦੀ ਸੰਤਾਂ ਨੂੰ ਟਾਰਗੇਟ ਕਰਦੇ ਆ, ਕਦੇ ਕਿਸੇ ਪਾਸਟਰ ਨੂੰ। ਤੁਸੀਂ ਪਿਛਲੇ ਕੁਝ ਦਿਨਾਂ ਦੇ ਵਿੱਚ ਦੇਖਿਆ ਬਹੁਤ ਸਾਰੀਆਂ ਇੱਦਾਂ ਦੀਆਂ ਨਿਊਜ਼ ਆਈਆਂ ਆ ਜਿਹੜਾ ਪਾਸਟਰਾਂ ਦੇ ਉੱਪਰ ਅਟੈਕ ਕੀਤੇ ਗਏ ਆ ਇਹਨਾਂ ਸ਼ਰਾਰਤੀ ਅੰਸਰਾਂ ਦੇ ਵੱਲੋਂ, ਔਰ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ, ਔਰ ਇਹ ਜੋ ਦੋਸ਼ ਲਗਾ ਰਿਹਾ ਬਿਲਕੁਲ ਬੇਬੁਨਿਆਦ ਆ, ਇੱਦਾਂ ਦੀ ਕੋਈ ਗੱਲ ਨਹੀਂ। ਅਸੀਂ ਸਭ ਪਾਸਟਰ ਸਾਹਿਬਾਨ ਅੱਜ ਇਕੱਠੇ ਹੋ ਕੇ ਸੰਤ ਫੈਰਸ ਮਸੀਹ ਜੀ ਔਰ RMS ਦੇ ਹੱਕ ਦੇ ਵਿੱਚ ਖੜੇ ਹੋਏ ਹਾਂ, ਔਰ ਅਸੀਂ ਉਹਨਾਂ ਦੀ ਸਾਰੀ ਜ਼ਿੰਮੇਵਾਰੀ ਚੱਕਦੇ ਹਾਂ ਕਿ ਇੱਦਾਂ ਦੀ ਕੋਈ ਗੱਲ ਨਹੀਂ ਹੈ। ਜੋ ਵੀ ਉਹਨਾਂ ਦੇ ਦੋਸ਼ ਲਗਾਏ ਜਾ ਰਹੇ ਆ ਬਿਲਕੁਲ ਝੂਠੇ ਆ। ਇਹ ਜਿਨ੍ਹਾਂ ਵੱਲੋਂ ਦੋਸ਼ ਲਗਾਏ ਜਾ ਰਹੇ ਆ ਕਿੱਥੋਂ ਦੇ ਰਹਿਣ ਵਾਲੇ ਆ ਅਤੇ ਕੀ ਨਾਮ ਇਹਨਾਂ ਦਾ? ਇਹਨਾਂ ਦੇ ਕੁਝ ਇਹ ਲੋਕ ਹੈਗੇ ਆ ਜੀ, ਇਹ ਗੁਰਦਾਸਪੁਰ ਦੇ ਆ, ਕੁਝ ਅੰਮ੍ਰਿਤਸਰ ਦੇ ਹੈਗੇ ਆ, ਜੋ ਸੰਤਾਂ ਦੀ ਲੋਕਪ੍ਰਿਅਤਾ ਤੋਂ, ਕਿਉਂਕਿ ਕੁਝ ਸ਼ੋਰਟ ਟਾਈਮ ਦੇ ਵਿੱਚ ਹੀ ਸੰਤ ਜਿਹੜੇ ਆ ਪੂਰੀ ਦੁਨੀਆ ਦੇ ਉੱਪਰ ਫੈਲ ਚੁੱਕੇ ਆ, ਕਿਉਂਕਿ ਜੋ ਸੱਚਾਈ ਨੂੰ ਕੋਈ ਦਬਾ ਨਹੀਂ ਸਕਦਾ ਗਾ ਔਰ ਉਹ ਸੱਚਾਈ ਦੇ ਨਾਲ ਖੜੇ ਹੋਏ ਆ, ਔਰ ਅੱਜ ਲੋਕ ਸੱਚਾਈ ਨੂੰ ਜਿੱਦਾਂ ਹੀ ਜਾਣਦੇ ਪਏ ਆ ਅਤੇ ਉਹਨਾਂ ਦੇ ਨਾਲ ਉਹ ਜੁਆਇੰਟ ਹੁੰਦੇ ਜਾ ਰਹੇ ਆ, ਜੋ ਇਹਨਾਂ ਸ਼ਰਾਰਤੀ ਅੰਸਰਾਂ ਤੋਂ ਸਹਿਣ ਨਹੀਂ ਹੋ ਰਿਹਾ।